ਤੁਹਾਡਾ ਪਿੰਡ ਕਿਹੜਾ? ਮੂਸਾ। ਤੇਰਾ ਪੁੱਤ? ਮੂਸਾ। ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ। ਅਗਰ ਠੀਕ ਨਹੀਂ ਆ ਤਾਂ ਮੈਨੂੰ ਪਤਾ ਨਹੀਂ ਕਿ ਅੱਜ ਦੀ ਵੀਡੀਓ ਵੇਖ ਕੇ ਠੀਕ ਹੋਵੋਗੇ ਜਾਂ ਨਹੀਂ। ਅੱਜ ਦੀ ਵੀਡੀਓ ਬਣਾਉਣ ਦਾ ਮੋਟਿਵ ਕੀ ਆ? ਤੁਹਾਨੂੰ ਟਾਈਟਲ ਤਾਂ ਆਲਰੇਡੀ ਪਤਾ ਚੱਲ ਗਿਆ ਹੋਊਗਾ ਕਿ ਇਹ ਵੀਡੀਓ ਸਿੱਧੂ ਮੂਸੇਵਾਲੇ ਦੇ ਬਾਰੇ 'ਚ ਆ। ਮੈਂ ਵੀਡੀਓ ਬਹੁਤ ਸਮੇਂ ਤੋਂ ਬਣਾਉਣਾ ਚਾਹੁੰਦੀ ਸੀ, ਪਰ ਮੈਨੂੰ ਲੱਗਦਾ ਹੈ ਕਿ ਹੁਣ ਵਧੀਆ ਸਮਾਂ ਆ। ਵੀਡੀਓ ਬਣਾਉਣ ਦਾ ਪਰਪਜ਼ ਕੀ ਆ? ਪਹਿਲੀ ਗੱਲ, ਮੈਨੂੰ ਸਿੱਧੂ ਮੂਸੇਵਾਲਾ ਬਹੁਤ ਜ਼ਿਆਦਾ ਪਸੰਦ ਸੀ। ਜਦੋਂ ਮੈਂ ਉਹਦਾ ਪਹਿਲੀ ਵਾਰੀ ਗਾਣਾ ਸੁਣਿਆ ਸੀ ਨਾ 2017 'ਚ, ਸੋਹਾਈ, ਉਹ ਤੋਂ ਬਾਅਦ ਮੈਂ ਸ਼ਾਇਦ ਹੀ ਕਿਸੇ ਹੋਰ ਸਿੰਗਰ ਨੂੰ ਕਦੀ ਸੁਣਿਆ ਹੋਵੇ। ਹਮੇਸ਼ਾ ਹੀ ਮੈਂ ਉਹਦੇ ਗਾਣੇ ਸੁਣਦੀ ਸੀ, ਉਹ ਮੈਨੂੰ ਬਹੁਤ ਪਸੰਦ ਸੀ, ਪਰ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਇੰਨਾ ਜ਼ਿਆਦਾ ਪਸੰਦ ਆ। ਸੋ ਅਸੀਂ ਟੋਰੋਂਟੋ ਰਹਿੰਦੇ ਸੀ, ਤਾਂ ਅਸੀਂ ਪਲੈਨ ਬਣਾਇਆ ਕਿ ਅਸੀਂ ਕੈਲਗਰੀ ਮੂਵ ਹੁੰਦੇ ਹਾਂ, ਅਤੇ ਕੈਲਗਰੀ ਆਉਣ ਲਈ ਅਸੀਂ ਟਰੱਕ 'ਚ ਆਏ ਸੀ, ਆਪਣਾ ਟਰੱਕ ਚਲਾ ਕੇ, ਆਪਣਾ ਸਮਾਨ ਵੀ ਲੈ ਕੇ, ਅਤੇ ਅਸੀਂ ਰਸਤੇ 'ਚ ਸੀ। ਅਗਲੇ ਦਿਨ ਅਸੀਂ ਕੈਲਗਰੀ ਪੁੱਜਣਾ ਸੀ, ਐਕਚੁਲੀ ਉਸੇ ਦਿਨ ਸ਼ਾਮ ਨੂੰ ਪਹੁੰਚਣਾ ਸੀ, ਕਿਉਂਕਿ ਮੈਨੂੰ ਲੱਗਦਾ 4-5 ਦਿਨ ਲੱਗ ਜਾਂਦੇ ਆ। ਅਸੀਂ 4-5 ਦਿਨ ਦੇ ਹਿਸਾਬ ਨਾਲ ਹੀ ਆਏ ਸੀ, ਥੋੜ੍ਹਾ ਥੋੜ੍ਹਾ ਆਪਣਾ ਕਵਰ ਕਰਕੇ। ਅਤੇ ਜੋ ਲਾਸਟ ਵਾਲਾ ਦਿਨ ਸੀ ਨਾ, ਉਸ ਦਿਨ ਮੈਨੂੰ ਅਸੀਂ ਮੈਂ ਸਵੇਰੇ ਸਵੇਰੇ ਉੱਠੀ, 6 ਵਜੇ ਸੀ ਅਰਾਊਂਡ, ਸਸਕੈਚੁਅਨ ਤੋਂ ਤੁਰਨਾ ਸੀ ਅਸੀਂ ਕੈਲਗਰੀ ਲਈ। ਅਤੇ ਮੇਰਾ ਇੱਕ ਦੋਸਤ ਆ ਬਹੁਤ ਸਪੈਸ਼ਲ, ਉਹਨੇ ਮੈਨੂੰ ਨਾ ਸਵੇਰੇ ਸਵੇਰੇ ਵੀਡੀਓ ਭੇਜਤੀ 6 ਵਜੇ ਹੀ ਕਿ ਸਿੱਧੂ 'ਤੇ ਨਾ ਅਟੈਕ ਹੋਇਆ। ਮੈਂ ਵੀਡੀਓ ਵੇਖੀ, ਮੈਂ ਵੇਖ ਕੇ ਨਾ ਮੈਨੂੰ ਲੱਗਾ ਕਿ ਯਾਰ ਲੋਕ ਕਿੰਨੇ ਬੁਰੇ ਆ, ਕਿੱਦਾਂ ਨਾ ਉਹਦੇ 'ਤੇ ਉਹਨੂੰ ਅਟੈਕ ਕੀਤਾ। ਮੈਨੂੰ ਨਹੀਂ ਪਤਾ ਕਿ ਅਟੈਕ ਗੋਲੀਆਂ ਨਾ ਹੋਇਆ ਹੋਊਗਾ, ਮੈਨੂੰ ਲੱਗਾ ਉਹੀ ਹੇਟਰਸ ਆ, ਉਹੀ ਮਾਰਿਆ ਹੋਣਾ, ਹੱਥਾਂ ਨਾਲ ਮਾਰਿਆ ਹੋਣਾ। ਅਤੇ ਮੈਂ ਆਪਣੇ ਹਸਬੈਂਡ ਨੂੰ ਦਿਖਾਉਂਦੀ ਸੀ ਕਿ ਵੇਖੋ ਕਿ ਲੋਕ ਕਿੰਨੇ ਬੁਰੇ ਆ। ਅਤੇ ਹਸਬੈਂਡ ਵੀਡੀਓ ਵੇਖ ਕੇ ਕਹਿੰਦੇ ਉਹ ਬਹੁਤ ਬੁਰਾ ਹੋਇਆ ਹੈ। ਫਿਰ ਉਹਨਾਂ ਨੇ ਆਪਣਾ ਫੋਨ ਵੇਖਣਾ ਸ਼ੁਰੂ ਕਰਤਾ, ਅਤੇ ਉਹ ਫੋਨ ਵੇਖਦੀ ਪਈ ਸੀ। ਕੁਝ ਮਿੰਟਸ ਬਾਅਦ ਹੀ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਸਿੱਧੂ 'ਤੇ ਰਿਹਾ ਨਹੀਂ ਹੈ ਨੀ ਮੋਰ, ਲੋਕਾਂ ਨੇ DRIP ਲਿਖਿਆ ਹੋਇਆ। ਤੁਸੀਂ ਗਾਇਸ ਯਕੀਨ ਨਹੀਂ ਮੰਨੋਗੇ ਕਿ ਮੈਂ ਕਿੰਨਾ ਫੁੱਟ ਫੁੱਟ ਕੇ ਰੋਈ ਕਿੰਨੇ ਘੰਟਿਆਂ ਤਾਈਂ। ਉਦੋਂ ਮੈਨੂੰ ਪਤਾ ਚੱਲਿਆ ਕਿ ਐਕਚੁਲੀ ਉਹਨਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਸੀ। ਕਈ ਦਿਨ, ਕਈ ਹਫ਼ਤੇ, ਮਹੀਨੇ ਹੀ ਨਿਕਲ ਗਏ ਉਹਦੇ ਲਈ ਰੋਂਦੇ ਆ। ਹੁਣ ਇੰਨਾ ਸਮਾਂ ਹੋ ਚੁੱਕਾ ਆ, ਪਰ ਉਹਦਾ ਨਾਮ ਜਦੋਂ ਵੀ ਆਉਂਦਾ ਨਾ, ਮੈਂ ਬਿਨਾਂ ਰੋਏ ਨਹੀਂ ਰਹਿ ਸਕਦੀ। ਉਹਦੀ ਸ਼ਕਲ ਵੇਖ ਵੇਖ ਕੇ ਨਾ, ਮੈਂ ਨਾ ਕਿਸੇ ਵੀ ਬੰਦੇ ਦੀ ਫੈਨ ਨਹੀਂ ਹਾਂ, ਕੋਈ ਵੀ ਸੈਲੀਬ੍ਰਿਟੀ, ਕੋਈ ਵੀ ਕੁਝ ਵੀ ਹੋਵੇ, ਪਰ ਇਹ ਪਹਿਲਾ ਆ ਜਿਹਦੀ ਮੈਂ ਫੋਟੋ ਆਪਣੇ ਰੂਮ 'ਚ ਰੱਖੀ ਹੋਈ ਆ। ਉਹ ਐਕਚੁਲੀ ਆਹ ਫੋਟੋ ਵੇਖੋ, ਇਹ ਫੋਟੋ ਮੈਨੂੰ ਪਤਾ ਕਿੱਥੋਂ ਮਿਲੀ ਆ। ਓਕੇ, ਅਸੀਂ ਕੈਲਗਰੀ 'ਚ ਰਹਿੰਦੇ ਹਾਂ, ਤੁਹਾਨੂੰ ਪਤਾ ਚੱਲ ਗਿਆ ਹੋਊਗਾ। ਇੱਥੇ ਨਾ ਕੈਂਡਲ ਮਾਰਚ ਹੋਇਆ ਸੀ ਨੌਰਥ ਈਸਟ 'ਚ, ਅਤੇ ਮੈਂ ਹਸਬੈਂਡ ਨੂੰ ਕਿਹਾ ਕਿ ਸਾਨੂੰ ਜ਼ਰੂਰ ਜਾਣਾ ਚਾਹੀਦਾ, ਆਪਾਂ ਦੋਨੋਂ ਚਲੇ ਗਏ। ਔਰ ਉੱਥੇ ਬਹੁਤ ਜ਼ਿਆਦਾ ਕਰਾਊਡ ਨਹੀਂ ਸੀ, ਸ਼ਾਇਦ ਲੋਕ ਬਿਜ਼ੀ ਹੋਣਗੇ ਜਾਂ ਲੋਕ ਬਹੁਤ ਛੇਤੀ ਚੀਜ਼ਾਂ ਭੁੱਲ ਜਾਂਦੇ ਆ। ਅਤੇ ਥੋੜ੍ਹੇ ਮੁੱਠੀ ਭਰ ਲੋਕ ਸੀ, ਅਤੇ ਉਹਨਾਂ ਨੂੰ ਜਿਹੜਾ ਔਰਗਨਾਈਜ਼ਰ ਸੀ ਉਹ ਕਹਿੰਦੇ ਸੀ ਕਿ ਜਿਹੜਾ ਵੀ ਬੰਦਾ ਆ ਕੇ ਬੋਲਣਾ ਚਾਹੁੰਦਾ ਉਹ ਬੋਲ ਸਕਦਾ ਹੈ। ਅਤੇ ਮੇਰੇ ਕੋਲ ਬੋਲਣ ਲਈ ਬਹੁਤ ਸਾਰੀਆਂ ਚੀਜ਼ਾਂ ਸੀ, ਮੈਂ ਸੋਚਿਆ ਕਿ ਮੈਂ ਬੋਲਾਂ, ਪਰ ਮੈਂ ਬੋਲ ਨਹੀਂ ਸਕਦੀ ਕਿਉਂਕਿ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਬੰਦਾ ਹਾਂ। ਮੈਂ ਤਾਂ ਜਿੱਥੇ ਸਿੱਧੂ ਦੀ ਗੱਲ ਆ ਜੇ ਉੱਥੇ ਤਾਂ ਮੈਂ ਇੰਨੀ ਛੇਤੀ ਰੋਣਾ ਸ਼ੁਰੂ ਕਰ ਦਿੰਦੀ ਹਾਂ। ਮੈਂ ਸੋਚਿਆ ਮੈਂ ਨਹੀਂ ਬੋਲ ਸਕਦੀ, ਪਰ ਮੇਰਾ ਬਹੁਤ ਦਿਲ ਕਰਦਾ ਸੀ, ਬਹੁਤ ਸਾਰੀਆਂ ਗੱਲਾਂ ਕਹਿਣਾ ਚਾਹੁੰਦੀ ਸੀ ਮੈਂ ਸਿੱਧੂ ਬਾਰੇ, ਪਰ ਮੈਂ ਬੋਲ ਨਹੀਂ ਪਾਈ। ਪਰ ਜਦੋਂ ਉੱਥੋਂ ਹੀ ਵਾਪਸ ਆਉਂਦੇ ਪਏ ਸੀ ਨਾ, ਤਾਂ ਆਪਣੇ ਹਸਬੈਂਡ ਨੂੰ ਕਿਹਾ ਕਿ ਮੈਂ ਆਹ ਵੀ ਕਹਿਣਾ ਚਾਹੁੰਦੀ ਸੀ, ਮੈਂ ਆਹ ਵੀ ਕਹਿਣਾ ਚਾਹੁੰਦੀ ਸੀ, ਪਰ ਮੈਂ ਕਹਿ ਨਹੀਂ ਪਾਈ। ਅਤੇ ਫਿਰ ਮੈਂ ਸੋਚਿਆ ਯਾਰ ਮੇਰੇ ਕੋਲ ਤਾਂ ਆਵਾਜ਼ ਆ, ਮੇਰੇ ਕੋਲ ਪਲੈਟਫਾਰਮ ਆ, ਮੈਂ ਆਪਣੀ ਵੀਡੀਓ 'ਚ ਬੋਲੂੰਗੀ ਜੋ ਵੀ ਮੈਂ ਬੋਲਣਾ ਚਾਹੁੰਦੀ ਹਾਂ ਉਹਦੇ ਬਾਰੇ। ਇਸ ਸਮੇਂ ਮੈਨੂੰ ਪਤਾ ਨਹੀਂ ਆ ਮੈਂ ਕੀ ਬੋਲਣਾ ਚਾਹੁੰਦੀ ਹਾਂ, ਪਰ ਜੋ ਕੁਛ ਮੈਨੂੰ ਯਾਦ ਆਊਗਾ ਮੈਂ ਦੱਸਦੀ ਹਾਂ। ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਿੱਧੂ ਨੂੰ 2017 'ਚ ਸੁਣਨਾ ਸ਼ੁਰੂ ਕੀਤਾ, ਉਹ ਤੋਂ ਬਿਨਾਂ ਮੈਂ ਕੋਈ ਵੀ ਹੋਰ ਬੰਦਾ ਸੁਣਦੀ ਨਹੀਂ ਹੁੰਦੀ ਸੀ। ਮੈਨੂੰ ਨਹੀਂ ਪਤਾ ਕਿ ਉਹਦੇ 'ਚ ਕਿਹੜਾ ਇੱਦਾਂ ਦਾ ਆਕਰਸ਼ਣ ਸੀ ਕਿ ਉਹਨੇ ਆਪਣੀ ਜਗ੍ਹਾ ਸਾਡੇ ਦਿਲਾਂ 'ਚ ਇੱਦਾਂ ਬਣਾ ਲਈ ਸੀ ਕਿ ਕਿਸੇ ਹੋਰ ਨੂੰ ਉਹ ਜਗ੍ਹਾ ਕਦੀ ਮਿਲੀ ਨਹੀਂ ਸਕਦੀ। ਉਹਦੀ ਜਗ੍ਹਾ ਕਿਸੇ ਪਰਿਵਾਰ ਦੇ ਮੈਂਬਰ ਤੋਂ ਘੱਟ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਜਦੋਂ ਕੋਈ ਪਰਿਵਾਰ ਦਾ ਮੈਂਬਰ ਦੀ ਡੈਥ ਹੁੰਦੀ ਆ, ਅਸੀਂ ਇੰਨੇ ਮਹੀਨਿਆਂ ਤੱਕ ਰੋਂਦੇ ਹਾਂ, ਉਹ ਤੋਂ ਵੀ ਜ਼ਿਆਦਾ ਹੀ। ਆਈ ਡੋਂਟ ਨੋ, ਬੋਲਣ 'ਚ ਸ਼ਾਇਦ ਅਜੀਬ ਲੱਗਦਾ ਹੋਵੇ, ਪਰ ਅਲੱਗ ਕਿਸਮ ਦਾ ਪਿਆਰ ਸੀ। ਉਹ ਜੋ ਵੀ ਲਿਖਦਾ ਸੀ ਬਹੁਤ ਵਧੀਆ ਸੀ, ਉਹਦਾ ਸਾਰਾ ਕੁਝ ਮੈਨੂੰ ਬਹੁਤ ਪਸੰਦ ਸੀ, ਉਹਦਾ ਲਿਖਣਾ, ਉਹਦੇ ਗਾਣੇ, ਲਾਈਕ ਉਹਦੇ ਗਾਣੇ ਨਾ ਇੱਕ ਅਲੱਗ ਮੋਟੀਵੇਸ਼ਨ ਪੈਦਾ ਕਰ ਦਿੰਦੇ ਆ ਤੁਹਾਡੇ 'ਚ। ਤੁਹਾਨੂੰ ਇੱਕ ਗੱਲ ਸੁਣਾਉਂਦੀ ਹਾਂ, 2014 ਦੇ ਵਿੱਚ ਮੇਰਾ ਸਨ ਪੈਦਾ ਹੋਇਆ ਸੀ, ਅਤੇ ਮੈਂ ਇਹ ਡਰਾਈਵਿੰਗ ਲਾਇਸੈਂਸ ਲਿਆ ਸੀ ਟੋਰੋਂਟੋ, ਅਤੇ ਫਿਰ ਮੈਂ ਨਾ ਗੱਡੀ ਚਲਾਉਣਾ ਬੰਦ ਕਰਤਾ, ਭੁੱਲ ਗਈ, ਔਰ ਮੈਂ ਜੀ ਨਹੀਂ ਲਿਆ। ਐਂਡ ਫਿਰ 2019 ਦੇ ਵਿੱਚ ਲੈਟਰ ਆਈ ਕਿ
कि मेरा ना एक्सपायर होने वाला है महीने के, अगर मैं ना लिया मैं सारा कुछ दोबारा करना पैना है। तो बड़ी मुश्किल ना डेट मिली मैं ओकुल से, असं उत्थे रहिंदे ही। तो मैं ना मैं समझ नहीं आया मैं किदा क्लीयर करूँगी, क्योंकि ना मैं 5 साल गड्डी चलाई ही, ना ही इन्नी कॉन्फिडेंट ही कि मैं हाईवे ते टेस्ट देना। तुहानू पता है कि उत्थे किन्ने लोग फेल होंदे आ, और मैं चाहती ही मैं पहली बार ही कर लाँ। तो अपने हसबैंड नू कहा कि तुम मैनू गड्डी दे दो मैं चलानी हाँ। तो ना मैं सिद्धू के गाने लगा के एक दो घंटा रोज़ गड्डी चलाती होंगी ही। सिद्धू के गाने च ना इदा की मोटिवेशन थोड़ा डर जहा खत्म हो जाता, तुम हाईवे ते चल रहे तो कुछ भी कर सकते हैं। आई डोंट नो ये रेलीवेंट है या नहीं, बट वो गाने जिदा दे भी हाँ बहुत ही मोटिवेशनल आ। तो पहली बार जब मेरा लाइसेंस क्लीयर हो गया, मैं हसबैंड नू कहा कि यह ना सिद्धू की वजह नहीं होया, क्योंकि वो गाने ने इन्ना मोटिवेट किया कि मैं डर ही नहीं लगा कभी, ना इंस्ट्रक्टर तो, ना हाईवे तो, ना ही ट्रैफिक तो, ना ही स्पीड तो। सो जिहड़ा बंदा लो फील करता ना, अगर वह गाना सुन ले तो उन्होंने लगता कि वह कुछ भी कर सकता है, कोई चीज़ मैटर ही नहीं करती। तो या इन्ना साडा प्यारा ही ना, वो बुरे लोगों ने उन्होंने साढ़े तो खो लिया। समझ नहीं आता कि रब अगर आके धरती ते गए ना कि तुहानू की चाहिए आ। तो मैं लगता मैं कहूँगी कि सिद्धू वापस कर दे, मैं बहुत ज़्यादा उन्होंने वेखना चाहनी हाँ दोबारा धरती ते। पर यह दुनिया की बड़ी वड्डी सच्चाई है कि जिहड़ा एक बार इतों चल जाता कभी वापस नहीं आता, पर वो बहुत बुरी तरह वापस चाहिए। एंड सब तो ज़्यादा मैं सैड ना उसके पेरेंट्स लिए फील होता है कि घरदा एक लौता बच्चा सगा वो जिन्हों वेख के जींदे ही, कुछ भी नहीं रहा उन्होंने लिए, खाली हो गया, खोखले हो गए अंदरों भी। आई विश कि वह विआह होया हों, तो भावें कोई भी बच्चा हों, कुड़ी हों, मुंडा हों, जिन्हों वेख के पेरेंट्स जी पाते। पर किने हक दिता ही उन्होंने ख़त्म करन का, लाइक क्यों ख़त्म करता लोगों ने उन्होंने। असी हुण इंडिया जाना सी मैं लगता 6 साल बाद, मेरा बहुत ज़्यादा मन नहीं ही इंडिया जाने का, बट मैं अपने हसबैंड नूं कहा कि मैं इंडिया ताई जाना है अगर वो मैनू मूसे वाले दे पिंड लैके जाऊगा। उन्हां दे पिंड च जाना साढ़े लिए बहुत ज़्यादा स्पैशल, पता क्यों है, क्योंकि अं माझे च रहने हाँ, पूरा पंजाब घूम के 7 घंटे का ड्राइव करके अं उन्हां दे घर पहुँचते हैं। तो बड़ा हैसल हुंदा इंडिया च ट्रैवल करन दा, क्योंकि फिर इंडिया च जाके मैं कल्ले ते ट्रैवल कर ही नहीं सकदी, मैनूं पति दी मदद दी जरूरत हुंदी है हमेशा। सो हसबैंड ने कहा कि ठीक आ मैं लैके जाऊँगा। तो मैनूं उन्हां दे घर लैके गए, तो वो वीडियो मैं तुहाडे नाल शेयर करना चाहनी। वैसे मैं वीडियो बनाना नहीं ही चाहती, पर फिर मैनूं लगा कि यार मेरी मैमरी लई, मेरी याद लई बना लैनी आ मैं ना, मैं वेख्या करूँगी। फिर मैं लगा कि तुहाडे नाल भी शेयर कर दिंदी आ। गाइज़ उहदा घर जाके ना बड़ा दिल मेरा दुखी होया, वड्डा घर खाली, और उहदी जीप जिहदी लास्ट राइड, उहदी लास्ट राइड वेख के। पर फिर उहदी मम नूं मिलन दा मौका मिलिया, उहदी मम नूं मिल के ना मेरी आंसू कंट्रोल नहीं होए, ते मैं ना उहदी मम नूं गले ला के खूब रो लिया। उहदी मम्मी दा हौसला, और उहदी मम्मी इन्नी ब्रेव आ ना, उहनूं मिलन तों बाद ना आई एम फीलिंग लिटल पीस, नहीं तो मैं रोज़ बहुत ज़्यादा रोंदी ही। उन्होंने मम्मी नूं मिल के ना थोड़ी शांति मिल गई, उहदी मम्मी सच्ची बहुत ब्रेव आ। तो उहदे पिंड उहदे घर के बाहर मेला लगा होया ही, तो जिथे उन्होंने उहदी समाध बनाई आ उस जगह पर भी मेला लगा होया ही। जो भी वह लिखता ही ना सारा कुछ सच हो गया, जिदा भी वह अपनी रब तो मौत मंगता ही उदा ही हुई, और जिदा उन्होंने उहदे जाने तो बाद उहदियां तस्वीरां विकदियां पईआं, उहदे टैटू बनते पे, सारा कुछ सच हो गया। आई डोंट नो वो लॉ ऑफ अट्रैक्शन एडा स्ट्रोंगली काम किया, या फिर वो कलम तो ही रब ही उन्होंने पता है कि कई चीज़ा होनी है, वो सारा कुछ पहले लिख के चला गया। सो या एंड अब हम चंडीगढ़ से जाने वाले हैं मानसा, सिद्धू मूसे वाले के गाँव। और आई डोंट नो मैं इस वीडियो को अपलोड करूँगी या नहीं, बट मेरे रिकॉर्ड के लिए है, वीडियो शूट करने के लिए मैं मन नहीं है। पर या मैं रिकॉर्ड रखना चाहती हूँ कि हम उसके घर पर गए थे, सो शायद मैं अपलोड भी कर दूँ, पक्का भरोसा नहीं है। सो जी हाँ, थोड़ा थोड़ा मैं शूट करूँगी, ज़्यादा नहीं बातचीत कर सकती मैं, क्योंकि आपको पता है बहुत इमोशनल बंदा मैं। कि ਅੱਖ ਪਾਰਾਂ ਗੇ ਜੀ ਛੋਟ ਗਣੀ ਲੜੇ ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰਦੀਆਂ ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰ ਹੋ ਅਨ
ਲਿਮਟਡ ਚੱਲ ਪਏ ਆ ਵਾਇਰ ਦੀ ਲਿਮਟਡ ਅਕਾਊਂਟ ਨੇ ਬ੍ਰੈਥ ਰੇ ਕੈਸੂਸ ਬ੍ਰੈਥ ਸਿੱਧੂ ਮੂਸੇ ਵਾਲਾ ਤੇਰੇ ਛਾਤੀ ਪੁਲਿਸ ਮੈਨੂੰ ਠੀਕ ਆਖਦੀ ਨੀ ਤੇਰੇ ਹੁੰਦੇ ਨੇ ਮੁੰਡੇ ਮੈਨੂੰ ਗੋਡ ਮਾਰਦੇ पंजाबी सिंगर सिद्धू मूसेवाला की गोली मारकर हत्या कर दी गई है। मानसा के जवाहरपुर गांव में मूसेवाला की हत्या हुई है। ਜਦੋਂ ਖਬਰਾਂ ਚ ਆਉਂਦਾ ਤੇਰਾ ਨਾਂ ਖਬਰਾਂ ਚ ਆਉਂਦਾ ਤੇਰਾ ਨਾਂ ਮੈਂ ਤਾਂ ਮਰ ਜਾਣੀ ਆ ਵੀ ਮੈਂ ਤਾਂ ਮਰ ਜਾਣੀ ਆ ਮੈਨੂੰ ਫਿਕਰ ਰਹਿੰਦੀ ਆ ਤੇਰੀ ਤਾਂ ਫਿਕਰ ਰਹਿੰਦੀ ਆ ਤੇਰੀ ਤਾਂ ਮੈਂ ਤਾਂ ਮਰ ਜਾਣੀ ਆ ਵੇ ਤਾਂ ਮਰ ਜਾਣੀ ਆ ਹਾਏ ਹਾਏ ਮੈਂ ਥੋੜੀ ਜ਼ਿੰਦਗੀ ਚ ਤਰੱਕੀ ਤਾਂ ਸਾਰੇ ਕਰਦੇ ਪਰ ਮੈਂ ਕੁਝ ਵੱਖਰੇ ਹਿਸਾਬ ਨਾਲ ਕੀਤੇ ਨਾਮ ਪੰਜਾਬੀ ਮਿਊਜ਼ਿਕ ਇੰਡਸਟਰੀ ਅੱਜ ਦੀ ਡੇਟ 'ਚ ਜੇ ਕਿਹਾ ਜਾਵੇ ਨੰਬਰ 1 ਤੇ ਹੈ। ਸਭ ਕੁਝ ਤਾਂ ਹੋ ਗਿਆ ਤੈਨੂੰ ਕੀ ਨੀ ਹੋ ਲੱਗਦਾ ਤਾਂ ਖੈਰ ਕੋਲੇ ਨੀ ਮੇਰਾ ਤੇਰਾ ਪੁੱਤ
ਫੋਟੋ ਕਿੰਨੇ ਦੀ ਪੁੱਤ? ਛੁੱਟੀ ਕਰ ਲਿਆ ਸਵੇਰ ਦੇ ਕਿੰਨੇ ਕਿੰਨੇ ਵੇਚੇ ਆ? ਕਿੰਨੇ ਕਿੰਨੇ ਵੇਚੇ? ਕੁਛ ਵੀ ਨੀ ਵੇਚਿਆ। ਕਦੋਂ ਦੇ ਬੈਠੇ ਤੁਸੀਂ ਸਵੇਰ ਦੇ? ਰੋਟੀ ਖਾਣ ਗਏ ਸੀ? ਗੋਲ ਗੱਪੇ? ਓਹੋ, ਗੋਲ ਗੱਪੇ ਖਾਣੇ ਤੇ ਰੋਟੀ ਕਿੱਥੋਂ ਦੇਣ ਲੱਗਣਾ? ਇਹਨਾਂ ਵੀ ਗੋਲ ਗੱਪੇ ਖਾਧੇ ਆ ਇੱਥੋਂ ਨਾ। ਯਾ, ਉਹਦੇ ਘਰ ਜਾ ਕੇ ਇੱਕ ਬੜੀ ਵੱਡੀ ਸ਼ਾਂਤੀ ਮਿਲੀ, ਸਕੂਨ। ਐਂਡ ਯਾ, ਉਹਨੂੰ ਅਸੀਂ ਵਾਪਸ ਤਾਂ ਲਿਆ ਨਹੀਂ ਸਕਦੇ, ਬਟ ਉਹਨੂੰ ਪਤਾ ਨਹੀਂ ਕਿਸੇ ਨੇ ਦੁਨੀਆ ਤੋਂ ਖਤਮ ਕਰਕੇ ਸੋਚਿਆ ਕਿ ਐਡਾ ਤਗੜਾ ਬੰਦਾ ਹੈ, ਇਹਨੂੰ ਖਤਮ ਕਰ ਦਈਏ ਤਾਂ ਖਤਮ ਹੋ ਜੂਗਾ। ਐਕਚੁਅਲੀ ਉਹਨਾਂ ਤੋਂ ਗਲਤੀ ਹੋ ਗਈ ਆ, ਉਹਨਾਂ ਨੇ ਉਹਨੂੰ ਮਹਾਨ ਅਤੇ ਅਮਰ ਬਣਾ ਦਿੱਤਾ ਆ। ਹੁਣ ਤਾਂ ਉਹ ਕਦੀ ਵੀ ਕਿਤੇ ਨਹੀਂ ਜਾਂਦਾ, ਰਹਿੰਦੀ ਦੁਨੀਆ ਤਾਂ ਰਾਮ ਰਹੂਗਾ। ਐਕਚੁਅਲੀ ਵੀ ਸੱਚ ਰਹਿੰਦਾ, ਦੁਨੀਆ ਰਹਿੰਦ ਜਿੱਦੋਂ ਤੱਕ ਦੁਨੀਆ ਨਾ, ਉਹਦਾ ਨਾਮ ਰਹੂਗਾ। ਔਰ ਆਈ ਡੋਂਟ ਨੋ ਕਿਸੇ ਸਿੰਗਰ ਨਾਲ ਕਿਸੇ ਨੂੰ ਇੰਨਾ ਪਿਆਰ ਕਿੱਦਾਂ ਹੋ ਸਕਦਾ। ਕਿਸੇ ਉਹ ਪਤਾ ਕਿ ਉਹ ਇੰਨਾ ਪਿਆਰਾ, ਕਿਉਂਕਿ ਉਹ ਬਹੁਤ ਹੰਬਲ ਸੀ, ਉਹ ਬਹੁਤ ਗਰਾਊਂਡਡ ਸੀ, ਉਹ ਚੱਪਲਾਂ ਪਾ ਕੇ ਘੁੰਮਦਾ ਸੀ, ਉਹ ਨੋਰਮਲ ਲੋਕਾਂ ਨੂੰ ਮਿਲਦਾ ਸੀ। ਇਹ ਚੀਜ਼ ਉਹਨੇ ਗਲਤ ਕਰਤੀ। ਅਗਰ ਉਹ ਥੋੜ੍ਹਾ ਆਪਣੇ ਪਿੰਡ ਤੋਂ ਦੂਰ ਜਾ ਕੇ ਕਿਸੇ ਹੋਰ ਜਗ੍ਹਾ ਰਹਿਣਾ ਸ਼ੁਰੂ ਕਰ ਦਿੰਦਾ ਨਾ, ਤਾਂ ਸ਼ਾਇਦ ਉਹ ਬਚ ਜਾਂਦਾ। ਬਟ ਉਹ ਡਰਦਾ ਹੀ ਨਹੀਂ ਸੀ, ਨਿੱਡਰ ਹੀ ਬਹੁਤ ਜ਼ਿਆਦਾ ਸੀ, ਦਲੇਰ ਸੀਗਾ ਉਹਦਾ। ਉਹਦੀ ਗਰਾਊਂਡਡ ਨੇਚਰ, ਉਹਦਾ ਹਰੇਕ ਨੂੰ ਪਿਆਰ ਨਾਲ ਮਿਲਣਾ। ਕੋਈ ਉਹ ਵੇਖਦਾ ਨਹੀਂ ਕਿ ਕਿਹਨੇ ਕਿਹੜੇ ਕੱਪੜੇ ਪਾਏ ਆ, ਕਿਹੜਾ ਕਿਹੜੀ ਗੱਡੀ 'ਚ ਆਇਆ। ਉਹ ਹਰੇਕ ਨੂੰ ਇਕੁਅਲ ਲਵ ਕਰਦਾ ਹੁੰਦਾ ਸੀ ਨਾ, ਜਿਹੜਾ ਉਹ ਚੀਜ਼ ਨੇ ਉਹਨੂੰ ਜ਼ਿਆਦਾ ਪਿਆਰ ਕਰਾਇਆ ਸਾਨੂੰ। ਕਿਉਂਕਿ ਗਾਉਣ ਵਾਲੇ ਸ਼ਾਇਦ ਹੋਰ ਵੀ ਬਹੁਤ ਹੋਣ, ਬਟ ਜਿੱਦਾਂ ਦੀ ਉਹ ਪਰਸਨ, ਪਰ ਉਹਦੇ ਵਰਗੀ ਕਲਮ ਕਿਸੇ ਦੀ ਨਹੀਂ ਹੋਣੀ, ਜਿੱਦਾਂ ਉਹ ਗਾਉਂਦਾ ਸੀ ਨਾ, ਜਿੱਦਾਂ ਉਹ ਲਿਖਦਾ ਸੀ। ਮੈਨੂੰ ਨਹੀਂ ਲੱਗਦਾ ਕਿ ਸਾਡੇ ਜਿੰਨੀ ਵੀ ਮੇਰੀ ਜ਼ਿੰਦਗੀ ਨਿਕਲੀ ਆ ਉਹਦੇ 'ਚ ਕੋਈ ਨਹੀਂ ਸੀ, ਔਰ ਜਿੰਨੀ ਮੇਰੀ ਜ਼ਿੰਦਗੀ ਮੈਨੂੰ ਲੱਗਦਾ ਰਹਿ ਗਈ ਆ ਉਹਦੇ 'ਚ ਵੀ ਕਿਸੇ ਨੇ ਨਹੀਂ ਹੋਣਾ। 100 ਸਾਲ ਬਾਅਦ ਇੱਕ ਇੱਦਾਂ ਦਾ ਬੰਦਾ ਪੈਦਾ ਹੁੰਦਾ ਹੋਊਗਾ, ਪਰ ਵੇਖੀ ਸਾਡੇ ਤੋਂ ਖੋਲ ਲਿਆ ਬੁਰੇ ਲੋਕਾਂ ਨੇ। ਓਕੇ ਦੋਸਤੋ, ਬਹੁਤ ਸਾਰੀਆਂ ਚੀਜ਼ਾਂ ਮੈਂ ਹੋਰ ਕਹਿਣਾ ਚਾਹੁੰਦੀ ਹਾਂ, ਪਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ। ਇੱਕ ਹੋਰ ਚੀਜ਼, ਉਹ ਜਿੱਦਾਂ ਉਹਦੇ ਘਰ ਦੇ ਬਾਹਰ ਮੇਲਾ ਲੱਗਾ ਹੋਇਆ ਅਤੇ ਲੋਕ ਚੀਜ਼ਾਂ ਵੇਚ ਜਾਂਦੇ ਆ ਨਾ, ਨਿੱਕੀਆਂ ਨਿੱਕੀਆਂ ਕੁੜੀਆਂ ਵੇਖੀਆਂ ਤੁਸੀਂ? ਕਿੰਨੇ ਸਾਰੇ ਨਿੱਕੇ ਨਿੱਕੇ ਬੱਚਿਆਂ ਨੂੰ, ਕਿੰਨੇ ਸਾਰੇ ਲੋਕਾਂ ਨੂੰ ਜਾਂਦੇ ਜਾਂਦੇ ਵੀ ਰੋਜ਼ਗਾਰ ਦੇ ਗਿਆ। ਅਮੇਜ਼ਿੰਗ ਹੀਗਾ ਯਾਰ ਇਹ ਬੰਦਾ, ਕਿੰਨਾ ਕਿਊਟ ਆ ਨਾ, ਕਿੰਨਾ ਪਿਆਰਾ ਆ ਇਹਦਾ ਚਿਹਰਾ। ਇਹਦੀਆਂ ਵੀਡੀਓਜ਼ ਵੇਖ ਕੇ ਨਾ ਦਿਲ 'ਚ ਦਰਦ ਹੁੰਦਾ ਹੈ। ਚੰਗਾ ਸਿੱਧੂ ਸਿੱਧੂ ਬਟ ਡੋਂਟ ਫੋਰਗੇਟ ਯਾਰ ਜੀ।